सब्सक्राइब करें चढ़ती कला टाइम टीवी को और लेटेस्ट अपडेट पाने के लिए प्रेस करें बेल आइकन को। गौरी ग्वारेरी महला पंजवा, कलयुग में मिल आए संयोग। जिचर आग्या तिचर भोगें भोग, जलै न पाइए राम स्नेही। किरत संयोग सती उठ होई, रहाओ देखा देखी मन हट जल जाइए। प्रेसंग न पावे बहु जोन पवाइए, सील संयम प्रे आज्ञा माने। तिस नारी को दुख न जमाने, कहो नानक जिन प्रयो परमेश्वर कर जाने। तन सती दरगाह परवाने। वाहेगुरु जी का खालसा, वाहेगुरु जी की फतह। गुरु सवारी साध सिंह जीओ, ये गल सानू सारिया नू मननी पवेगी कि असी श्री गुरु ग्रंथ साहिब जी तो जीवन लई ओ सिख्या प्राप्त नहीं कर सके, क्योंकि असी गुरु ग्रंथ साहिब जी नू गुरु कह रहे हाँ, गुरु मन भी रहे हाँ, पर गुरु दी सिख्या नू मनन तो असमर्थ। ज्यों ज्यों बाणी दी विचार कर रहे हाँ, पूरे सतगुरु हर पक्ष उत्ते साड़ी अगवाई कर रहे। ये पावन शब्द जिसका पाठ आप जी ने श्रवण किया है, इस दी रहाओ दी पंक्ति अंदर गुरु अर्जन देव सच्चे पातशाह ने एक बहुत वड्डी उस समाजिक कुरीति उत्ते सट भी मारी ते चानण भी पाया। भावें तीजे पातशाह गुरु अमरदास जी ने भी इस संबंधी अपने उपदेश विच सानू समझाउण दा यतन कीता सी, क्योंकि साडे समाज दे अंदर ब्राह्मण ने कई तरह दे भरम जाल पैदा कीते होए सन और उन्हां भरम जालां विच फसी हुई भोली भाली जनता लुटी जा रही सी। साडे समाज विच एक सती होण दी रस्म जिसका रेंद खूंद अज भी किधरे किधरे नजरी पैंदा। सती दा की मतलब है? मरे हुए पति दी चिखा नाल जिउंदियां सड़ जाना, इनू सती होना कहा जाता। भला किसे पत्नी दा जी करदा कि मैं अपने पति दी चिखा दे नाल जिउंदियां सड़ के मर जा, पर इस ब्राह्मण दे जाल दे विच फस के अनेकां ही ऐसियां इस्त्रियां जिहड़ियां अपने पति दे मरण तो बाद उसकी चिखा नाल सड़ गईं, अज भी किधरे किधरे पंजाब विच भी और होर देश दे कोनियां विच सतियां दी उस मड़ी नूं पूजिया जांदा। इह कोड उस वेले भी सी ते अज भी किसे न किसे रूप विच, पर मेरे जगत सुधारक सतगुरु ने उस वेले भी कहे ते बाणी अज भी पुकार के कह रहे। आख्या जिस लालसा दे नाल
ਕਿਸੇ ਇਸਤਰੀ ਨੂੰ ਉਕਸਾਇਆ ਜਾਂਦਾ, ਪ੍ਰੇਰਿਆ ਜਾਂਦਾ, ਤਿਆਰ ਕੀਤਾ ਜਾਂਦਾ ਕਿ ਤੂੰ ਆਪਣੇ ਪਤੀ ਦੀ ਚਿਖਾ ਨਾਲ ਸੜ ਕੇ ਮਰ ਜਾ, ਤੈਨੂੰ ਤੇਰਾ ਪਤੀ ਮਿਲ ਜਾਏਗਾ। ਪਹਿਲੀ ਗੱਲ ਤਾਂ ਇਹ ਕਿਤਨੀ ਹਾਸੋਹੀਣੀ ਗੱਲ ਹੈ ਕਿ ਜਿਹੜਾ ਜਿਉਂਦਿਆਂ ਵਿਛੜ ਗਿਆ ਉਹ ਮਰੇ ਬਾਅਦ ਕਿਵੇਂ ਮਿਲੇਗਾ। ਤੋ ਪਾਤਸ਼ਾਹ ਨੇ ਇਸ ਨੁਕਤੇ ਨੂੰ ਉਜਾਗਰ ਕੀਤਾ ਅਤੇ ਆਖਿਆ, ਸਤੀਆਂ ਇਹ ਨਾ ਆਖੀਆਂ, ਜੇ ਮੜਿਆਂ ਲੱਗ ਜਲਨ ਪੀਸ ਉਹ ਸਤੀਆਂ ਜਾਣੀਆਂ, ਜੇ ਬਿਰਹ ਚੋਟ ਮਰਨ। ਇਸ ਤਰ੍ਹਾਂ ਸੜ ਕੇ ਕੋਈ ਆਪਣੇ ਪਤੀ ਨੂੰ ਪ੍ਰਾਪਤ ਨਹੀਂ ਕਰ ਸਕਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਉਂਦੇ ਨੇ, ਜਲੈ ਨਾ ਪਾਈਐ ਰਾਮ ਸੁਨੇਹੀ, ਕਿਰਤ ਸੰਯੋਗ ਸਤੀ ਉੱਠ ਹੋਈ। ਇਉਂ ਪਤੀ ਦੀ ਚਿਖਾ 'ਤੇ ਜਿਉਂਦਿਆਂ ਸੜ ਮਰਨ ਦੇ ਨਾਲ ਉਹ ਸੁਨੇਹੀ, ਉਹ ਪਿਆਰਾ, ਉਹ ਪਤੀ ਨਹੀਂ ਮਿਲਦਾ। ਅਤੇ ਰਾਮ ਨੂੰ ਮਿਲਣ ਦਾ ਤਾਂ ਮਤਲਬ ਹੀ ਕੋਈ ਨਹੀਂ, ਪਰਮਾਤਮਾ ਨਾਲ ਤਾਂ ਇਹਦਾ ਸੰਬੰਧ ਹੀ ਕੋਈ ਨਹੀਂ। ਪਰ ਕਿਰਤ ਸੰਯੋਗ ਸਤੀ ਉੱਠ ਹੋਈ, ਲੋਕਾਂ ਦੇ ਦੇਖਾ ਦੇਖੀ, ਲੋਕਾਂ ਦੇ ਪ੍ਰੇਰਨ ਦੇ ਨਾਲ ਅਤੇ ਧਾਰਮਿਕ ਤੌਰ 'ਤੇ ਬਾਹਮਣ ਦੇ ਉਕਸਾਉਣ ਦੇ ਨਾਲ ਕਈ ਭੋਲੀਆਂ ਭਾਲੀਆਂ ਇਸਤਰੀਆਂ ਸੜ ਮਰਦੀਆਂ। ਮਹਾਰਾਜ ਨੇ ਇਹਨੂੰ ਮੂਲੋਂ ਹੀ ਕੰਡਮ ਕਰ ਦਿੱਤਾ, ਜਲੈ ਨਾ ਪਾਈਐ। ਇੱਥੇ ਜਲੈ ਦਾ ਮਤਲਬ ਜਲ ਜਾਣ ਦੇ ਨਾਲ, ਸੜ ਜਾਣ ਦੇ ਨਾਲ, ਨਾ ਪਾਈਐ ਨਹੀਂ ਮੇਲ ਹੁੰਦਾ। ਰਾਮ ਸੁਨੇਹੀ ਕਿਰਤ ਸੰਯੋਗ ਸਤੀ ਉੱਠ ਹੋਈ। ਕਿਰਤ ਸੰਯੋਗ ਦਾ ਮਤਲਬ ਹੈ ਸੰਯੋਗਾਂ ਕਰਕੇ ਮੇਲ ਹੋਇਆ ਸੀ, ਔਰ ਜਿਤਨਾ ਸਮਾਂ ਪਰਮਾਤਮਾ ਨੇ ਉਸ ਸੰਯੋਗ ਦਾ ਸਮਾਂ ਲਿਖਿਆ ਸੀ ਉਹ ਸਮਾਂ ਬੀਤ ਗਿਆ। ਪਰ ਹੁਣ ਇਸਤਰੀ ਨੂੰ ਪ੍ਰੇਰਿਆ ਗਿਆ, ਉਕਸਾਇਆ ਗਿਆ ਕਿ ਜੇ ਤੂੰ ਆਪਣੇ ਪਤੀ ਨੂੰ ਮਿਲਣਾ ਚਾਹੁੰਦੀ ਹੈ ਤਾਂ ਇਸ ਦੀ ਚਿਖਾ ਨਾਲ ਸੜ ਕੇ ਮਰ। ਸਤੀ ਉੱਠ ਹੋਈ, ਉਹ ਇਸ ਲਾਲਚ ਵਿੱਚ, ਸਵਾਰਥ ਵਿੱਚ ਜਿਉਂਦਿਆਂ ਪਤੀ ਦੀ ਚਿਖਾ 'ਤੇ ਸੜ ਹੋਈ। ਹੁਣ ਮਹਾਰਾਜ ਇਸ ਨੂੰ ਖੋਲ੍ਹਦੇ, ਕਹਿੰਦੇ ਕਲਯੁਗ ਮੈਂ ਮਿਲ ਆਏ ਸੰਯੋਗ। ਇਸ ਕਲਯੁਗ ਦੇ ਅੰਦਰ, ਭਾਵ ਸੰਸਾਰ ਦੇ ਅੰਦਰ, ਇਹ ਕਲੇਸ਼ਾਂ ਬੜੀ ਵਿਹੜੀ ਦੁਨੀਆ ਵਿੱਚ ਮਿਲ ਆਏ ਸੰਯੋਗ, ਇਹ ਜਿਹੜਾ ਸਾਡਾ ਮੇਲ ਹੁੰਦਾ ਇਸ ਸੰਯੋਗਾਂ ਕਰਕੇ। ਬਾਣੀ 'ਤੇ ਮੰਨਦੀ ਸੰਯੋਗ ਵਿਯੋਗ ਦੋਏ ਕਾਰ ਚਲਾਵੇਂ, ਲਿਖੇ ਆਵੇਂ ਭਾਗ। ਜਦੋਂ ਸੰਯੋਗ ਮੇਲ ਹੁੰਦਾ ਤਾਂ ਅਸੀਂ ਇਕੱਠੇ ਹੁੰਦੇ ਹਾਂ, ਜਦੋਂ ਵਿਯੋਗ ਹੁੰਦਾ ਤਾਂ ਵਿਛੜ ਜਾਂਦੇ। ਇਹ ਜਿਤਨੇ ਵੀ ਸਾਡੇ ਸੰਬੰਧ ਨੇ ਇਹ ਪੂਰਵਲੇ ਜਨਮ ਕਰਕੇ। ਬਾਣੀ ਵਿੱਚ ਬਹੁਤ ਜਗ੍ਹਾ ਪਾਤਸ਼ਾਹ ਨੇ ਸਮਝਾਇਆ, ਕੋਈ ਜਾਣੈ ਕਵਨ ਈਆਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਜੈ, ਤਾਂ ਕੀ ਨਿਰਮਲ ਰੀਤ। ਖਿਆ ਮਾਤ ਪਿਤਾ ਬਣਤਾ ਸੁਤਬੰਧਵ, ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਯੋਗੀ, ਅੰਤੈ ਕੋ ਨਾ ਸਹਾਈ, ਕਲਯੁਗ ਮੈਂ ਮਿਲ ਆਏ ਸੰਯੋਗ। ਕੀ ਇਸਤਰੀਆਂ ਕੀ ਪੁਰਸ਼ ਸੰਯੋਗ ਕਰਕੇ ਮਿਲਦੇ ਹਾਂ। ਇਹ ਪਤਾ ਨਹੀਂ ਕਿਤਨੇ ਜਨਮਾਂ ਦੇ ਸੰਬੰਧ ਚੱਲ ਰਹੇ, ਪਰ ਜਿੱਚਰ ਆ ਗਿਆ ਤਿੱਚਰ ਭੋਗੈ ਭੋਗ। ਜਿੱਚਰ ਆਗਿਆ, ਜਿਤਨੇ ਸਮੇਂ ਲਈ ਉਸ ਮਾਲਕ ਵੱਲੋਂ ਆਗਿਆ ਮਿਲੀ ਵੀ ਤੁਸੀਂ ਇਕੱਠੇ ਰਹਿਣਾ ਹੈ, ਇਹ ਇਸਤਰੀ, ਇਹ ਪਤੀ, ਇਹ ਪਤਨੀ ਇਕੱਠੇ ਰਹਿੰਦੇ ਹਨ। ਜਿੱਚਰ ਆਗਿਆ ਤਿੱਚਰ ਭੋਗੈ ਭੋਗ, ਤਿੱਚਰ ਤਦੋਂ ਤੀਕਰ ਇਹਨਾਂ ਸੰਸਾਰ ਦੇ ਪਦਾਰਥਾਂ ਨੂੰ ਭੋਗਦੇ ਹਨ, ਇਹਨਾਂ ਦਾ ਸੁੱਖ ਮਾਣਦੇ ਹਨ। ਪਰ ਇਹ ਭੁੱਲਣਾ ਨਹੀਂ ਚਾਹੀਦਾ, ਇਹ ਸੰਯੋਗਾਂ ਕਰਕੇ ਮੇਲ ਹੋਇਆ। ਪਰ ਜਦੋਂ ਉਸ ਵਾਹਿਗੁਰੂ ਦਾ ਹੁਕਮ ਆ ਗਿਆ
ਫੇਰੇ ਵਿਛੋੜਾ ਹੋਣਾ ਹੀ ਹੋਣਾ। ਇਹ ਗੱਲ ਚੰਗੀ ਤਰ੍ਹਾਂ ਦ੍ਰਿੜ ਕਰਨ ਦੀ ਲੋੜ। ਕਲ ਯੁਗ ਮੈਂ ਮਿਲ ਆਏ ਸੰਯੋਗ, ਜਿਚਰ ਆਗਿਆ ਤਿਚਰ ਭੋਗੈ ਭੋਗ, ਜਲੈ ਨਾ ਪਾਈਐ ਰਾਮ ਸਨੇਹੀ ਕਿਰਤ ਸੰਯੋਗ, ਸਤੀ ਉਠ ਹੋਈ। ਆਖਿਆ ਜਿਹੜੀਆਂ ਇਸਤਰੀਆਂ ਲੋਕਾਂ ਦੇ ਉਕਸਾਵੇ ਅਤੇ ਬ੍ਰਾਹਮਣ ਦੀ ਪ੍ਰੇਰਨਾ ਨਾਲ ਕਿ ਪਤੀ ਦੀ ਚਿਖਾ ਨਾਲ ਸੜ ਕੇ ਮਰ ਜਾਇਆ ਪਿਆਰੇ ਨਾਲ ਮੇਲ ਹੋ ਜਾਏਗਾ, ਇਹ ਬਿਲਕੁਲ ਬੁਨਿਆਦੀ ਤੌਰ 'ਤੇ ਗਲਤ। ਜਲੈ ਨਾ ਪਾਈਏ, ਸੜਨ ਦੇ ਨਾਲ ਉਸ ਪਿਆਰੇ ਦਾ ਮੇਲ ਨਹੀਂ। ਜਿਸ ਪਿਆਰੇ ਨੂੰ ਮਿਲਣ ਦੀ ਲਾਲਸਾ ਨਾਲ ਇੱਕ ਇਸਤਰੀ ਨੂੰ ਸੜਨ ਲਈ ਮਜਬੂਰ ਕੀਤਾ ਜਾਂਦਾ, ਪ੍ਰੇਰਿਆ ਜਾਂਦਾ, ਉਕਸਾਇਆ ਜਾਂਦਾ, ਕਿਉਂਕਿ ਜਦੋਂ ਅਸੀਂ ਗੁਰਬਾਣੀ ਵਿੱਚ ਸੰਧੌਰਾ ਅੱਖਰ ਪੜ੍ਹਦੇ ਹਾਂ, ਭਾਵੇਂ ਉਹ ਕਿਸੇ ਹੋਰ ਪ੍ਰਕਰਨ ਵਿੱਚ ਸਮਝਾਇਆ ਗਿਆ, ਪਰ ਉਹਦੇ ਪਿੱਛੇ ਵੀ ਇਹ ਸਤੀ ਹੋਣ ਦੀ ਰਸਮ ਲੁਕੀ ਹੋਈ। ਕਿਉਂਕਿ ਭਗਤ ਕਬੀਰ ਜੀ ਨੇ ਤਾਂ ਪਰਮਾਤਮਾ ਦੀ ਭਗਤੀ ਕਰਨ ਲਈ ਪ੍ਰੇਰਿਆ ਹੈ, ਪਰ ਉਹਨਾਂ ਆਖਿਆ ਜਦੋਂ ਸੰਧੌਰਾ ਸੰਧੂਰਿਆ ਹੋਇਆ ਨਾਲ ਯੇਰ ਇੱਕ ਵਾਰੀ ਇਸਤਰੀ ਹੱਥ ਵਿੱਚ ਫੜ ਲੈਂਦੀ ਹੈ ਅਤੇ ਫਿਰ ਉਸ ਨੂੰ ਲਾਜ਼ਮੀ ਤੌਰ 'ਤੇ ਪਤੀ ਦੀ ਚਿਖਾ ਉੱਤੇ ਸੜਨਾ ਹੀ ਪੈਂਦਾ। ਇਹ ਉੱਥੇ ਉਸ ਸਮੇਂ ਦੀ ਰਸਮ ਜੋ ਬਣਾਈ ਹੋਈ ਸੀ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਭਾਈ ਜਲੈ ਨਾ ਪਾਈਐ ਰਾਮ ਸਨੇਹੀ ਕਿਰਤ ਸੰਯੋਗ ਸਤੀ ਉਠ ਹੋਈ। ਕਿਰਤ ਦਾ ਮਤਲਬ ਉਹਨਾਂ ਪਿਛਲੇ ਕੀਤੇ ਹੋਏ ਕਰਮਾਂ ਅਨੁਸਾਰ ਜਿਤਨੇ ਸਮੇਂ ਦਾ ਸੰਯੋਗ ਸੀ ਉਹ ਪੂਰਾ ਹੋ ਗਿਆ, ਪਰ ਹੁਣ ਲੋਕਾਂ ਦੇ ਪ੍ਰੇਰਨ ਨਾਲ, ਲੋਕਾਂ ਦੇ ਉਕਸਾਉਣ ਨਾਲ ਸਤੀ ਉੱਠ ਹੋਈ ਰਹਾਓ। ਹੁਣ ਦੂਜੇ ਪਦ ਵਿੱਚ ਮਹਾਰਾਜ ਕਹਿੰਦੇ ਦੇਖਾ ਦੇਖੀ ਮਨ ਹੱਠ ਜਲ ਜਾਈਐ, ਦੇਖਾ ਦੇਖੀ, ਕਿਉਂਕਿ ਬਹੁਤ ਸਾਰੇ ਲੋਕ ਸਾਡੇ ਵਿੱਚੋਂ ਸਾਡੇ ਵਰਗੇ ਵੀ ਦੇਖਾ ਦੇਖੀ ਕਰਦੇ, ਪਤਾ ਕੋਈ ਨਹੀਂ ਕਿ ਇਹ ਕੰਮ ਠੀਕ ਹੈ ਕਿ ਗਲਤ ਹੈ, ਬਸ ਚਲਤੇ ਕਿ ਪਿੱਛੇ ਚਲੇ ਲੋਗਨ ਕੀ ਭੇਡਾ ਚਾਲ। ਤਾਂ ਮਹਾਰਾਜ ਇਨ ਬਿਨ ਉਹੀ ਸ਼ਬਦਾਵਲੀ ਵਰਤਦੇ ਨੇ, ਦੇਖਾ ਦੇਖੀ ਮਨ ਹੱਠ ਜਲ ਜਾਈਐ, ਮਨ ਹੱਠ ਕਰਕੇ, ਮਨ ਹੱਠ ਕਰਕੇ ਉਹ ਕੰਮ ਹੁੰਦਾ ਹੈ ਜਿਹੜਾ ਜ਼ਬਰਦਸਤੀ ਕੀਤਾ ਜਾਵੇ। ਮਨ ਮੰਨਦਾ ਨਹੀਂ, ਕਿਸ ਦਾ ਜੀ ਕਰਦਾ ਕਿ ਮੈਂ ਜਿਉਂਦਿਆਂ ਅੱਗ ਵਿੱਚ ਸੜ ਜਾਵਾਂ, ਪਰ ਇਹ ਮਨ ਹੱਠ ਜਲ ਜਾਈਐ, ਜਲ ਦੇ ਲੱਲੇ ਨੂੰ ਸਿਹਾਰੀ ਹੈ, ਸੜ ਜਾਈ। ਪ੍ਰੇ ਸੰਗ ਨ ਪਾਵੈ ਬਹੁ ਜੋਨ ਭਵਾਈਐ, ਸੱਚ ਜਾਣੋ ਇਹ ਆਤਮ ਘਾਤ ਹੈ। ਅਤੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਮੁਤਾਬਕ ਆਤਮ ਘਾਤੀ ਹੈ ਜਗਤ ਕਸਾਈ, ਜਿਹੜਾ ਆਤਮ ਘਾਤ ਕਰਦਾ ਉਹ ਤਾਂ ਬਹੁਤ ਵੱਡਾ ਦੋਸ਼ੀ ਹੈ, ਗੁਨਾਹਗਾਰ ਹੈ। ਪਰ ਦੇਖਾ ਦੇਖੀ ਮਨ ਹੱਟ ਜਲ ਜਾਈਏ, ਪ੍ਰੇ ਸੰਗ ਨਾ ਪਾਵੇ, ਉਹਨੂੰ ਉਸ ਪਿਆਰੇ ਦਾ ਮਿਲਾਪ ਤਾਂ ਹੋਣਾ ਹੀ ਨਹੀਂ, ਹੁੰਦਾ ਹੀ ਨਹੀਂ। ਬਹੁ ਜੋਨ ਪਵਾਈਏ, ਇਸ ਤਰ੍ਹਾਂ ਜਿਉਂਦਿਆਂ ਸੜ ਕੇ ਮਰ ਜਾਣ ਨਾਲ ਕਈ ਜੂਨੀਆਂ ਵਿੱਚ ਉਸ ਨੂੰ ਭਟਕਣਾ ਪੈਂਦਾ ਹੈ। ਫਿਰ ਤੁਸੀਂ ਆਖੋਗੇ ਕੀ ਕਰਨਾ ਚਾਹੀਦਾ, ਮੇਰੇ ਗੁਰਦੇਵ ਨੇ ਸਮਝਾਇਆ, ਕਿਹਾ ਸੀਲ ਸੰਜਮ ਪ੍ਰੇ ਆਗਿਆ ਮਾਨੈ। ਜਿਹੜੀ ਇਸਤਰੀ ਆਪਣੇ ਜੀਵਨ ਵਿੱਚ, ਜੀਵਨ ਕਾਲ ਵਿੱਚ ਆਪਣੇ ਪਤੀ ਦੇ ਨਾਲ ਰਹਿੰਦਿਆਂ ਇਹ ਗੁਣ ਧਾਰਨ ਕਰਦੀ ਹੈ, ਸੀਲ ਦਾ ਮਤਲਬ ਹੈ ਸੀਲਤਾ, ਸੁਭਾਅ ਵਿੱਚ ਮਿੱਠਤ ਰੱਖਦੀ ਹੈ, ਸੰਜਮ ਦਾ ਪੱਲਾ ਫੜਦੀ ਔਰ ਆਪਣੇ ਪਤੀ ਦੀ ਆਗਿਆ ਦਾ ਪਾਲਣ ਕਰਦੀ। ਦੇਖੋ ਇਹ ਤਿੰਨ ਗੁਣ ਸਾਡੇ ਲਈ ਕਿਤਨੇ ਸੁਖਦਾਈ ਹਨ, ਇੱਕ ਇਸਤਰੀ ਦੇ ਜੀਵਨ ਨੂੰ ਕਿਤਨਾ ਗੁਣਮਈ ਬਣਾਉਂਦੇ ਹਨ।
ਸੀਲ ਸੰਜਮ ਪ੍ਰਿਆਗਿਆ ਮਾਨੈ ਤਿਸ ਨਾਰੀ ਕੋ ਦੁੱਖ ਨਾ ਜਮਾਨੈ। ਉਸ ਭਾਗਾਂ ਵਾਲੀ ਇਸਤਰੀ ਨੂੰ ਜਮਾਂ ਦਾ ਦੁੱਖ ਵੀ ਨਹੀਂ ਪਾਉਂਦਾ, ਉਸ ਨੂੰ ਜੀਵਨ ਵਿੱਚ ਵੀ ਕੋਈ ਦੁੱਖ ਨਹੀਂ ਆਉਂਦਾ। ਪਰ ਅੱਜ ਜੋ ਕੁਝ ਸਮੇਂ ਦਾ ਪ੍ਰਭਾਵ ਦੇਖ ਰਹੇ ਨਾ, ਸਾਡੇ ਸੁਭਾਅ ਵਿੱਚ ਸੀਲਤਾ ਹੈ, ਨਾ ਸਾਡੇ ਹੱਥ ਵਿੱਚ ਸੰਜਮ ਹੈ, ਨਾ ਸਾਨੂੰ ਆਪਣੇ ਪਿਆਰੇ ਦੀ ਆਗਿਆ ਮੰਨਣ ਦੀ ਵੀ ਭਾਵਨਾ, ਮਨਮਰਜ਼ੀ ਕਰ ਰਹੇ। ਜਿਤਨੇ ਅੱਜ ਸਾਡੇ ਗ੍ਰਸਤੀ ਜੀਵਨ ਵਿੱਚ ਉਥਲ ਪਥਲ ਹੋ ਰਹੀ ਹੈ, ਜਿਤਨੇ ਅੱਜ ਛੱਡ ਛਡਾਵੇ ਹੋ ਰਹੇ ਨੇ, ਜਿਤਨੇ ਅੱਜ ਤਲਾਕ ਦੇ ਕੇਸ ਹੋ ਰਹੇ ਨੇ, ਇਹਨਾਂ ਦੀ ਮੁੱਢ ਵਿੱਚ ਤਾਂ ਕਾਰਨ ਇਹ ਹੋਈ। ਪਰ ਮੇਰੇ ਗੁਰਦੇਵ ਨੇ ਇਸ ਸਮਾਜ ਨੂੰ ਸੁਖੀ ਬਣਾਉਣ ਵਾਸਤੇ, ਇਸਤਰੀ ਅਤੇ ਪੁਰਸ਼ ਦੇ ਜੀਵਨ ਨੂੰ ਸੁਖਾਵਾਂ ਬਣਾਉਣ ਵਾਸਤੇ ਆਖਿਆ, ਜੇ ਸੱਚਮੁੱਚ ਆਪਣੇ ਪਿਆਰੇ ਦਾ ਮੇਲ ਚਾਹੀਦਾ, ਸੀਲ ਸੰਜਮ ਪ੍ਰੇ ਆਗਿਆ ਮਾਨੇ, ਆਪਣੇ ਸੁਭਾਅ ਵਿੱਚ ਸੀਲਤਾ, ਆਪਣੇ ਵਰਤਾਓ ਵਿੱਚ ਸੰਜਮ ਲਿਆਓ, ਔਰ ਆਪਣੇ ਪਿਆਰੇ ਦੀ ਆਗਿਆ ਨੂੰ ਖਿੜੇ ਮੱਥੇ ਮੰਨ ਲਓ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਕਮਾਲ ਹੈ। ਕਹਿੰਦੇ ਨੇ ਜੇ ਕਿਸੇ ਇਸਤਰੀ ਨੇ ਆਪਣੇ ਪਤੀ ਨੂੰ ਮਿਲੇ ਰਹਿਣਾ, ਉਹਦੀ ਪ੍ਰਸੰਨਤਾ ਲੈਣੀ ਹੈ, ਤਾਂ ਕੀ ਕਰੇ? ਹੁਕਮ ਪਛਾਣੇ ਖਸਮ ਕਾ ਪਾਉ ਚੰਦਨ ਲਾਵੇ, ਗੁਣ ਕਾਮਣ ਕਾਮਣ ਕਰੇ ਤਉ ਪਿਆਰੇ ਕੋ ਪਾਵੇ, ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਈ ਹੈ ਰੇ ਸੋਈ, ਜੇ ਬਹੁ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ। ਬੜੇ ਸੰਜਮ ਵਿੱਚ ਰਹਿ ਕੇ ਸ਼ਬਦ ਦੀ ਵਿਚਾਰ ਕਰਨ ਦੀ ਆਗਿਆ ਹੈ, ਪਰ ਜੇ ਇਸ ਨੂੰ ਖੋਲ੍ਹਿਆ ਜਾਏ ਤਾਂ ਗੁਰਮਤ ਦੇ ਅਨੁਸਾਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ, ਉਹਨਾਂ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦੇ ਆਨੰਦ ਕਾਰਜ ਵੇਲੇ ਉਹਨਾਂ ਨੂੰ ਕਿਹਾ ਸੀ, ਬੇਟਾ ਇਹ ਸੋਹਣੇ ਕੱਪੜੇ, ਇਹ ਦਾਜ, ਇਹ ਬੜੀਆਂ ਚੀਜ਼ਾਂ ਹੋਰ ਤੈਨੂੰ ਜੀਵਨ ਵਿੱਚ ਮਿਲਣਗੀਆਂ, ਪਰ ਗੁਰੂ ਪਿਤਾ ਕੋਲੋਂ ਤਿੰਨ ਭੱਬੇ ਲੈ ਕੇ ਜਾ। ਕੋਈ ਸਮਾਂ ਸੀ ਆਨੰਦ ਕਾਰਜ ਵੇਲੇ ਬੱਚੀ ਨੂੰ ਇਹ ਦਾਜ ਦਿੱਤਾ ਜਾਂਦਾ ਸੀ, ਪਰ ਅੱਜ ਦੀ ਇਸ ਪਦਾਰਥਵਾਦੀ ਚਮਕ ਦਮਕ ਨੇ ਸਾਡੀਆਂ ਧਾਰਮਿਕ ਉਹਨਾਂ ਰਸਮਾਂ ਨੂੰ ਮਰਿਆਦਾਵਾਂ ਨੂੰ ਵੀ ਮਿੱਟੀ ਵਿੱਚ ਰੋਲ ਦਿੱਤਾ। ਅੱਜ ਕਿਸੇ ਕੋਲ ਨਾ ਸਿੱਖਿਆ ਦੇਣ ਦਾ ਟਾਈਮ, ਨਾ ਸਿੱਖਿਆ ਸੁਣਨ ਦਾ ਟਾਈਮ। ਹਰ ਬੱਚੀ ਨੂੰ ਇਹ ਕਿਹਾ ਜਾਂਦਾ ਸੀ, ਤੂੰ ਇਹ ਤਿੰਨ ਭੱਬੇ ਯਾਦ ਰੱਖਣੇ ਨੇ, ਜੀਵਨ ਵਿੱਚ ਗਲਤੀ ਹੋ ਜਾਏ ਤੇ ਕਹਿਣਾ ਭੱਬਾ ਭੁੱਲੀ ਜੀ, ਜੇ ਪਤੀ ਤੇ ਬਜ਼ੁਰਗਾਂ ਦੀ ਕੋਈ ਆਗਿਆ ਮਿਲੇ ਤੇ ਭਲਾ ਜੀ, ਅਤੇ ਜੇ ਜੀਵਨ ਵਿੱਚ ਕੋਈ ਦੁੱਖ ਝਲਕਾਰਾ ਮਾਰ ਜਾਏ ਤਾਂ ਉਹਨੂੰ ਭਾਣਾ ਜੀ ਕਰਕੇ ਮੰਨ। ਇਹ ਕਿਤਨੇ ਉੱਤਮ ਗੁਣ ਸਨ, ਪਾਤਸ਼ਾਹ ਇੱਥੇ ਵੀ ਫਰਮਾ ਰਹੇ, ਸੀਲ ਸੰਜਮ ਪ੍ਰੇ ਆਗਿਆ ਮਾਨੇ। ਜਿਸ ਇਸਤਰੀ ਦੇ ਸੁਭਾਅ ਵਿੱਚ ਸੀਲਤਾ ਹੈ, ਜਿਹਦੇ ਹੱਥ ਵਿੱਚ ਸੰਜਮ ਹੈ, ਜਿਹੜੀ ਆਪਣੇ ਪਿਆਰੇ ਦੀ ਆਗਿਆ ਮੰਨ ਸਕਦੀ, ਤਿਸ ਨਾਰੀ ਕੋ ਦੁੱਖ ਨਾ ਜਮਾਨੇ, ਉਸ ਇਸਤਰੀ ਨੂੰ ਜਮਾਂ ਦਾ ਦੁੱਖ ਵੀ ਨਹੀਂ ਲੱਗ ਸਕਦਾ। ਕਹੋ ਨਾਨਕ ਜਿਨ ਪ੍ਰਿਉ ਪਰਮੇਸ਼ਰ ਕਰ ਜਾਂਦੇ ਹਾਂ। ਨਾਨਕ ਜੀ ਫਰਮਾਉਂਦੇ ਹਨ, ਜਿਨ ਜਿਨ ਦੇ ਨੰਨੇ ਨੂੰ ਸਿਹਾਰੀ ਹੈ, ਜਿਸ ਇਸਤਰੀ ਨੇ ਜੀਵਨ ਵਿੱਚ ਆਪਣੇ ਪਿਆਰੇ ਨੂੰ, ਆਪਣੇ ਪਤੀ ਨੂੰ ਪਰਮੇਸ਼ੁਰ ਕਰਕੇ ਜਾਣੇ, ਭਾਵ ਜਿਸਨੇ ਪਤੀ ਵਰਤਾ ਧਰਮ ਦੇ ਉੱਤੇ ਦ੍ਰਿੜਤਾ ਪ੍ਰਗਟਾਈ, ਉਹਦਾ ਜੀਵਨ ਕਿਤਨਾ ਪਵਿੱਤਰ ਹੈ। ਕਹੋ ਨਾਨਕ ਜਿਨ ਪ੍ਰਿਉ ਪਰਮੇਸ਼ੁਰ ਕਰ ਜਾਣੇ, ਭਾਵ ਉਸਨੂੰ ਇਤਨਾ ਸਤਿਕਾਰ ਦਿੱਤਾ, ਇਤਨੀ ਉਸਦੀ ਆਗਿਆ ਦਾ ਪਾਲਣ ਕੀਤਾ, ਔਰ ਪਤੀ ਵਰਤਾ ਧਰਮ ਵਿੱਚ ਇੰਨੀ ਦ੍ਰਿੜਤਾ ਪ੍ਰਗਟਾਈ। ਮਹਾਰਾਜ ਕਹਿੰਦੇ ਨੇ ਧੰਨ ਸਤੀ
ਦਰਗਾਹ ਪਰਵਾਨੀਆਂ। ਹੁਣ ਇੱਥੇ ਧਨ ਸ਼ਬਦ ਦੇ ਉੱਤੇ ਵਿਸ਼ੇਸ਼ ਤੌਰ 'ਤੇ ਧੱਦੇ ਨੂੰ ਟਿੱਪੀ ਲਾਈ, ਧਨ, ਕਿਉਂਕਿ ਗੁਰਬਾਣੀ ਵਿੱਚ ਇਹ ਧਨ ਅੱਖਰ ਤਿੰਨ ਰੂਪਾਂ ਵਿੱਚ ਆਉਂਦਾ। ਧੱਦਾ ਨੰਨੇ ਨੂੰ ਔਂਕੜ ਧਨ, ਧੱਦਾ ਨੰਨਾ ਮੁਕਤਾ ਧਨ, ਧੱਦੇ ਨੂੰ ਟਿੱਪੀ ਅਤੇ ਨੰਨੇ ਨੂੰ ਔਂਕੜ ਧਨ। ਇਹਦੇ ਅਰਥ ਵੱਖ ਵੱਖ ਨੇ। ਜਦੋਂ ਧਨ ਨੰਨੇ ਨੂੰ ਔਂਕੜ ਵਾਲਾ ਆਉਂਦਾ, ਧਨ ਦੌਲਤ ਦੀ ਗੱਲ ਹੁੰਦੀ। ਜਦੋਂ ਧਨ ਧੱਦਾ ਨੰਨਾ ਮੁਕਤਾ ਆਉਂਦਾ, ਇਸਤਰੀ ਦੀ ਗੱਲ ਹੁੰਦੀ। ਔਰ ਜਦੋਂ ਧਨ ਦੇ ਧੱਦੇ ਨੂੰ ਟਿੱਪੀ ਵੀ ਲੱਗ ਜਾਏ, ਫਿਰ ਧਨ ਦੀ ਗੱਲ ਹੁੰਦੀ, ਧਨਤਾ ਦੀ ਗੱਲ। ਆਖਿਆ ਕਹੋ ਨਾਨਕ, ਜਿਨ ਪ੍ਰਿਉ ਪਰਮੇਸ਼ਰ ਕਰ ਜਾਂਦੇ ਹਾਂ, ਧਨ ਸਤੀ ਦਰਗਾਹ ਪਰਵਾਨੇ ਹਾਂ। ਉਹ ਅਸਲ ਸਤੀ ਹੈ, ਉਹ ਧਨਤਾ ਦੇ ਯੋਗ ਹੈ, ਔਰ ਉਹ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਪ੍ਰਵਾਨ ਹੈ। ਪਰ ਜਲੈ ਨਾ ਪਾਈਐ ਰਾਮ ਸੁਨੇਹੀ, ਕਿਰਤ ਸੰਜੋਗ ਸਤੀ ਉੱਠ ਹੋਈ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਸ ਗਲਤ ਰੀਤੀ ਤੋਂ ਵੀ ਬਚਾਇਆ। ਔਰ ਗੁਰੂ ਅਮਰਦਾਸ ਜੀ ਨੇ ਤਾਂ ਅਕਬਰ ਬਾਦਸ਼ਾਹ ਨੂੰ ਕਹਿ ਕੇ ਇਹ ਸਤੀ ਦੀ ਪ੍ਰਥਾ ਨੂੰ ਬੈਨ ਕਰਾਤਾ ਸੀ। ਭਾਵੇਂ ਸਿੱਖ ਧਰਮ ਵਿੱਚ ਐਸਾ ਨਹੀਂ, ਮੈਂ ਕਈ ਵਾਰੀ ਸੋਚਦਾ ਵੀ ਕਿਉਂ ਪਤੀ ਦੇ ਮਰ ਜਾਣ 'ਤੇ ਇਸਤਰੀ ਨੂੰ ਸਤੀ ਹੋਣ ਲਈ ਕਿਹਾ ਜਾਂਦਾ, ਪਰ ਕਦੇ ਕਿਸੇ ਇਸਤਰੀ ਦੇ ਮਰ ਜਾਣ 'ਤੇ ਪਤੀ 'ਤੇ ਨਹੀਂ ਚਿਖਾ 'ਤੇ ਸੜਦਾ। ਇਹ ਇਸਤਰੀ ਜਾਤੀ ਨਾਲ ਧੱਕਾ ਹੈ, ਜਿਸ ਦੇ ਵਿਰੁੱਧ ਗੁਰੂ ਮਹਾਰਾਜ ਨੇ ਆਵਾਜ਼ ਉਠਾਈ ਅਤੇ ਸਾਨੂੰ ਗਿਆਨ ਦੀ ਰੋਸ਼ਨੀ ਦਿੱਤੀ। ਆਖਿਆ ਉਸ ਪਿਆਰੇ ਨਾਲ ਜੇ ਮਿਲਣਾ ਹੈ ਤਾਂ ਉਹਦਾ ਹੁਕਮ ਮੰਨੋ, ਉਹਦੇ ਪਿਆਰ ਵਿੱਚ ਰਹੋ, ਅਤੇ ਜਦੋਂ ਉਹਦਾ ਹੁਕਮ ਹੋ ਕੇ ਵਿਛੋੜਾ ਹੋ ਜਾਏ ਅਤੇ ਫਿਰ ਉਹਦੇ ਬਿਰਹ ਵਿੱਚ ਜੀਓ, ਉਹਦੇ ਪਿੱਛੋਂ ਉਹਦੇ ਰਹਿੰਦੇ ਕਾਰਜਾਂ ਨੂੰ ਕਰਨ ਵਿੱਚ ਦਿਲਚਸਪੀ ਲਿਆਓ। ਬਾਕੀ ਇਹ ਜਿਹੜਾ ਸਰੀਰਾਂ ਦਾ ਮੇਲ ਹੈ, ਇਹ ਤਾਂ ਸੰਜੋਗਾਂ ਕਰਕੇ। ਜਿਤਨਾ ਸਮਾਂ ਉਸ ਮਾਲਕ ਦੀ ਆਗਿਆ, ਉਤਨਾ ਸਮਾਂ ਹੀ ਇਕੱਠੇ ਰਹਿਣਾ। ਕਲਯੁਗ ਮੈਂ ਮਿਲ ਆਏ ਸੰਜੋਗ, ਜਿਚਰ ਆਗਿਆ ਤਿਚਰ ਭੋਗੈ ਭੋਗ, ਜਲੈ ਨਾ ਪਾਈਐ ਰਾਮ ਸੁਨੇਹੀ, ਕਿਰਤ ਸੰਜੋਗ ਸਤੀ ਉੱਠ ਹੋਈ। ਰਹਾਉ ਦੇਖਾ ਦੇਖੀ ਮਨ ਹਟ ਜਲ ਜਾਈਐ, ਪ੍ਰੇ ਸੰਗ ਨ ਪਾਵੈ ਬਹੁ ਜੋਨ ਪਵਾਈਐ, ਸੀਲ ਸੰਜਮ ਪ੍ਰੇ ਆਗਿਆ ਮਾਨੈ, ਤਿਸ ਨਾਰੀ ਕੋ ਦੁੱਖ ਨ ਜਮਾਨੈ। ਕਹੋ ਨਾਨਕ, ਜਿਨ ਪ੍ਰਿਉ ਪਰਮੇਸ਼ਰ ਕਰ ਜਾਂਦੇ ਹਾਂ, ਧਨ ਸਤੀ ਦਰਗਾਹ ਪਰਵਾਨੇ ਹਾਂ। ਤੋ ਸਾਨੂੰ ਇਸ ਤੋਂ ਸਿੱਖਿਆ ਅਤੇ ਪ੍ਰੇਰਨਾ ਲੈ ਕੇ ਆਪਣੇ ਜੀਵਨ ਨੂੰ ਸੁਖੀ ਬਣਾਉਣ ਦਾ ਯਤਨ ਕਰਨਾ ਚਾਹੀਦਾ। ਕਿਸੇ ਵੀ ਮਨ ਹਟ ਕਰਕੇ ਰਸਮ ਦੇ ਧਾਰਨੀ ਨਹੀਂ ਹੋਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।